ਖੁਦਾ ਦਾ ਖੌਫ ਕਰੋ ਮਖਾ ਜੀ ਸਾਨੂੰ ਦੋ ਰੋਟੀਆਂ ਤੋਂ ਵੀ ਮਹਿਰੂਮ ਕਰ ਛੱਡਿਆ ਜੇ ਅਸੀਂ ਤਾਂ ਬੱਚੇ ਵੀ ਭੁੱਖੇ ਭਾਰਨੇ ਸ਼ੁਰੂ ਕਰ ਦਿੱਤੇ ਮੇਰਾ ਹਾਂ ਲੋਕਾਂ ਦਾ ਜ਼ੁਲਮ ਕਰ ਰਿਹਾ ਮੇਰਾ ਹਾਂ ਪੂਰੀ ਰੋਟੀ ਨਹੀਂ ਦੇ ਰਿਹਾ ਉਹ ਤਾਂ ਅੱਜ ਵਟਿਆਂ ਨੂੰ ਕੱਢੂ ਨੇ ਐਵੇਂ ਖਾਣਾ ਨੇ ਇੰਨੀ ਮਹਿੰਗਾਈ ਕਰ ਛੜੀ ਕਿ ਜੀਣਾ ਆਰਾਮ ਹੋ ਗਿਆ ਸਾਡਾ ਇਸ ਤਰ੍ਹਾਂ ਲਿਆਉਣਗੇ ਉਹਨਾਂ ਕੋਲ ਅਲਾਦੀਨ ਦਾ ਚਿਰਾਗ ਹੈ ਖਾਨੀ ਇਮਰਾਨ ਹਾਂ ਦੀ ਸਿਰਫ ਮਹਿੰਗਾਈ ਤੋਂ ਇਲਾਵਾ ਕੱਖ ਨਹੀਂ ਉਹਨੇ ਕੀਤਾ ਉਹਦੀ ਬੜੀ ਮਿਹਰਬਾਨੀ ਅਦਰਕ 500 ਰੁਪਏ ਕਿਲੋ ਥੋਮ 600 ਰੁਪਏ ਕਿਲੋ ਤੇ ਜੁੱਤੀ 150 ਵਾਲੀ 250 ਦੀ ਹੋ ਗਈ ਹੈ ਕੀ ਕਰੀਏ ਭਾਈ ਜਾਨ ਕਿੱਥੇ ਜਾਈਏ ਕੋਈ ਸਾਨੂੰ ਦੱਸ ਛੱਡੋ ਕੋਈ ਜਗ੍ਹਾ ਐਸੀ ਹੈ ਉਹ ਕਹਤੇ ਹੈ ਇਸ ਸਾਲ ਉਹ ਮਹਿੰਗਾਈ ਮੇ ਕਮੀ ਲੈ ਆਏਗੇ ਕਿਸ ਤਰ੍ਹਾਂ ਲਿਆਉਣਗੇ ਉਹਨਾਂ ਕੋਲ ਅਲਾਦੀਨ ਦਾ ਚਿਰਾਗ ਹੈ ਜਿਹੜੀ ਮਹਿੰਗਾਈ ਚ ਕਮੀ ਲਿਆਉਣਗੇ ਖੁਦਾ ਦਾ ਖੌਫ ਕਰੋ ਮਖਾ ਜੀ ਸਾਨੂੰ ਦੋ ਰੋਟੀਆਂ ਤੋਂ ਵੀ ਮਹਿਰੂਮ ਕਰ ਛੱਡਿਆ ਜੇ ਅਸੀਂ ਤਾਂ ਬੱਚੇ ਵੀ ਭੁੱਖੇ ਭਾਰਨੇ ਸ਼ੁਰੂ ਕਰ ਦਿੱਤੇ ਤੇ ਮਿਹਰਬਾਨੀ ਹੈ ਖਾਨ ਜੀ ਤੁਹਾਡੀ ਮਿਹਰਬਾਨੀ ਸਾਡੇ ਗਰੀਬਾਂ ਦੀ ਗੱਲ ਸੁਣੋ ਨਹੀਂ ਤਾਂ ਬੇਬੇ ਕੋਲ ਜਾਓ ਤੁਹਾਡੀ ਮਿਹਰਬਾਨੀ ਕਿਆ ਇਨ ਸਾਰੇ ਮਸਲੋਂ ਕਾ ਹੱਲ ਕਿਆ ਹੈ ਹੱਲ ਬਸ ਮਹਿੰਗਾਈ ਤੇ ਕੰਟਰੋਲ ਕਰੋ ਸਾਡੇ ਗਰੀਬ ਖੁਸ਼ਹਾਲ ਹੋਣ ਕਾਰੋਬਾਰ ਵਸੀ ਹੋਏ ਹੱਲ ਮਸਲਾ ਇਹ ਹੀ ਹੈ ਹੋਰ ਨਾ ਮਸਲਾ ਨਾ ਕਸ਼ਮੀਰ ਦਾ ਹੱਲ ਕਰਨਾ ਐਵੇਂ ਮੁੰਡਾ ਚੁਕਾਏ ਆ ਜੇ ਸਾਨੂੰ 35-70 ਸਾਲ ਹੋ ਗਏ ਨੇ ਮੁੰਡਾ ਹੀ ਖਿਡਾਉਂਦੇ ਆ ਪੇ ਸਿਹਤ ਕਾਰਡ ਸਾਡੀ ਸਿਹਤ ਵੇਖ ਲਓ ਸਾਨੂੰ ਸਿਹਤ ਕਾਰਡ ਦਿੱਤਾ ਹੀ ਨਹੀਂ ਉਹਨਾਂ ਜਿਨ੍ਹਾਂ ਨੂੰ ਚਾਹੀਦਾ ਉਹਨਾਂ ਨੂੰ ਦਿੱਤਾ ਨਹੀਂ ਜਿਹੜੇ ਤੰਦਰੁਸਤ ਨੇ ਉਹਨੂੰ ਸਿਹਤ ਕਾਰਡ ਦੇ ਦਿੱਤੇ ਨੇ ਫਰਦੋਸ ਆਸ਼ਕ ਦੇ ਜਿਹੜੇ ਦੀਵਾਨੇ ਨੇ ਉਹਨਾਂ ਨੂੰ ਫਰਦ ਮਿਲ ਗਏ ਨੇ ਤੇ ਜਿਹੜੇ ਨੂਨ ਵਾਲੇ ਨੇ ਉਹ ਵਿਚਾਰੇ ਉਂਝ ਹੀ ਧੱਕੇ ਪਏ ਖਾਂਦੇ ਆ ਯੂਟਿਲਿਟੀ ਸਟੋਰ ਕੇ ਥਰੂ ਵੀ ਉਹਨਾਂ ਨੇ ਰਿਲੀਫ ਦਿਆ ਹੈ ਅਭੀ ਕੁਛ ਨਹੀਂ ਮਿਲ ਰਿਹਾ ਉਹ ਤੇ ਜਾਈਏ ਚੀਨੀ ਵੀ ਆਨੀ ਜੇ ਘਿਓ ਵੀ ਆਨੀ ਜੇ ਚੀਨੀ ਵੀ ਆਨੀ ਯੂਟਿਲਿਟੀ ਸਟੋਰ ਤੇ ਘਿਓ ਘੀ ਵੀ ਆਨੀ ਕੀ ਰਿਲੀਫ ਦਿੱਤਾ ਜੇ ਗਰੀਬਾਂ ਨੂੰ ਉਂਝ ਉੱਤੋਂ ਦੀ ਜਹਾਜ਼ ਰਸਤੇ ਕੋਈ ਬੋਰੀਆਂ ਸੁੱਟਦੇ ਜਾਓ ਫੇਰ ਹੀ ਕੋਈ ਹੋ ਸਕਦਾ ਅਸੀਂ ਤਾਂ ਬੜੇ ਪਰੇਸ਼ਾਨ ਜਾਂ ਨਿੱਕੀ ਜਿਹੀ ਮਜ਼ਦੂਰੀ ਕਰਨੀ ਆ ਵਕਤ ਔਖਾ ਗੁਜ਼ਰਦਾ ਪਿਆ ਤੇ ਮਿਹਰਬਾਨੀ ਹੈ ਖਾਨ ਸਾਹਿਬ ਨਹੀਂ ਤਾਂ ਤੁਰ ਜਾਓ ਤੁਸੀਂ ਬੇਬੇ ਆਪਣੀ ਕੋਲ ਨੇ ਪਾਕਿਸਤਾਨ ਨੂੰ ਕੱਖ ਨਹੀਂ ਕੀਤਾ ਸਿਰਫ ਮਹਿੰਗਾਈ ਕੀਤੀ ਹੈ ਨਿਆ ਪਾਕਿਸਤਾਨ ਤੇ ਆਪੇ ਹੀ ਬਣ ਗਿਆ ਜਿਹੜੀ 3 ਰੁਪਏ ਦੀ ਚੀਜ਼ ਸੀ ਉਹ 30 ਦੀ ਹੋ ਗਈ ਹੈ ਆਪ ਇਤਨੇ ਨਾ ਉਮੀਦ ਕਿਉਂ ਹੈ ਨਾ ਉਮੀਦ ਪਰੇਸ਼ਾਨ ਹੈ ਕੀ ਕਰੇ ਕਿਸੇ ਪਾਸੇ ਕੋਈ ਸਿਸਟਮ ਨਹੀਂ ਉਹਨਾਂ ਜੁੱਤੀਆਂ ਵੇਚ ਕੇ ਬੱਚੇ ਪਾਲਦੇ ਜਿੰਨੀ ਮਹਿੰਗਾਈ ਹੈ ਥੋਮ 600 ਰੁਪਏ ਕਿਲੋ ਜ਼ੁਲਮ ਨਹੀਂ ਹੈ ਪਹਿਲੇ ਟਮਾਟਰ ਚੁੱਕੇ ਦੇ ਹਨ ਹੁਣ ਆਟਾ ਜਿਹੜਾ ਉਹ ਜਨਾਬ ਵਿਕਣ ਡਿਆ 805 ਰੁਪਏ ਦਾ ਤੋੜਾ ਲਾਈਨ 'ਚ ਲੱਗੋ 4 ਘੰਟੇ ਬਾਅਦ ਵਾਰੀ ਜਾਂਦੀ ਹੈ ਆਟੇ ਦਾ ਇੱਕ ਤੋੜਾ ਮਿਲਦਾ ਰਿਆਜ਼ ਦੇ ਘਰ 5 ਦਿਨ ਹੋਏ ਨੇ ਆਟਾ ਮੁੱਕੇ ਆ ਮੈਂ ਉਹਨੂੰ ਘਰੋਂ ਦਿੱਤਾ ਵਿਚਾਰੇ ਰਿਆਜ਼ ਨੂੰ ਭਾਂਡਿਆਂ ਦਾ ਕੰਮ ਹੈ ਉਹਦਾ ਉਹਨੂੰ ਮੈਂ ਘਰੋਂ ਆਟਾ ਦਿੱਤਾ 10 ਰੁਪਏ ਕਹ ਲੈ ਭਰਾ ਜਾ ਖਾ ਜਾ ਨਵਾਜ਼ ਸ਼ਰੀਫ ਵਾਕਈ ਬਿਮਾਰ ਨਹੀਂ ਹੈ ਡਰਾਮਾ ਕਰ ਰਹੇ ਨਵਾਜ਼ ਸ਼ਰੀਫ ਵਾਕਈ ਬਿਮਾਰ ਹੈ ਡਰਾਮਾ ਕੋਈ ਨਹੀਂ ਡਰਾਮਾ ਕਰ ਰਿਹਾ ਤੇ ਮਰਾਹਾਂ ਕਰ ਰਿਹਾ ਮਰਾਹਾਂ ਲੁੱਟ ਕੇ ਖਾ ਰਿਹਾ ਮਰਾਹਾਂ ਲੋਕਾਂ ਦਾ ਜ਼ੁਲਮ ਕਰ ਰਿਹਾ ਮਰਾਹਾਂ ਪੂਰੀ ਰੋਟੀ ਨਹੀਂ ਦੇ ਰਿਹਾ ਮਰਾਹਾਂ ਕਹਿੰਦੇ ਨੇ ਉਹ ਯੂਪ ਸੀ ਯੂਪ ਕਹਿੰਦੇ ਹਾਂ ਯੂਪ ਨੂੰ ਕਿਹਾ ਕੁੱਤਾ ਬਹੁਤ ਜ਼ਹਿਰੀਲਾ ਆਦਮੀ ਹੈਗਾ ਬਿਮਾਰ ਵਾਕਈ ਬਿਮਾਰ ਹੈਗਾ ਡਰਾਮਾ ਕੋਈ ਨਹੀਂ ਹੈਗਾ ਅਗਰ ਬਿਮਾਰ ਹੈ ਤਾਂ 16 ਹਫ਼ਤੇ ਹੋ ਗਿਆ ਅਭੀ ਤੱਕ ਉਹ ਹਸਪਤਾਲ ਵੀ ਐਡਮਿਟ ਨਹੀਂ ਹੋਏ ਉਹ ਠੀਕ ਹੋਏਗਾ ਤੇ ਆਏਗਾ ਨਾ ਅਭੀ ਤੱਕ ਉਹਨੇ ਆਪਰੇਸ਼ਨ ਵੀ ਨਹੀਂ ਕਰਵਾ ਰਹੇ ਉਹ ਹਸਪਤਾਲ ਵੀ ਨਹੀਂ ਜਾ ਰਹੇ ਹੈਗਾ ਅਸੀਂ ਉੱਥੇ ਸਾਨੂੰ ਅਸੀਂ ਉੱਥੇ ਗਏ ਨਹੀਂ ਹੈਗੇ ਬਿਮਾਰ ਹੈ ਇਹ ਸਿਰਫ ਡਰਾਮਾ ਹੈ ਅੱਲਾਹ ਜਿਹਨੇ ਪੈਦਾ ਕੀਤਾ ਉਹ ਹੀ ਜਾਣਦਾ ਆਪਕੋ ਕੀ ਲੱਗਤਾ ਹੈ ਆਪਕੋ ਕੀ ਹਮਕੋ ਆਪਣਾ ਪਤਾ ਨਹੀਂ 75 ਰੁਪਏ ਮੇਰੀ ਹੋ ਗਈ ਹੈ ਤੇ ਫਿਰ ਟੁਰਨਾ ਪਿਆ ਕਿਉਂ ਟੁਰਨਾ ਪਿਆ ਜਦੋਂ ਟਾਇਰ ਖਤਮ ਕਰ ਦਿਆਂਗਾ ਘਰ ਫਿਰ ਕਿਤੇ ਪੁੱਛਣਾ ਕੌਣ ਹੈ ਤੂੰ ਕੌਣ ਨਹੀਂ ਉਹ ਅੱਗੇ ਹੀ ਕੱਢੂ ਨੇ ਘਰ ਤੇ ਉਹ ਘਰਾਂ 'ਚ ਬੈਠਿਆਂ ਨੂੰ ਕੱਢੂ ਨੇ ਇਮਰਾਨ ਖਾਨ ਕਾ ਕਹਿਣਾ ਹੈ ਕਿ ਇਹ ਜੋ ਵੀ ਅੱਜ ਹਾਲਾਤ ਹੈ ਇਹ ਇਨਕੇ ਜੋ ਜ਼ਿੰਮੇਦਾਰ ਹੈ ਉਹ ਪਿਛਲੀ ਹਕੂਮਤ ਦੀ ਕਰਪਸ਼ਨ ਹੈ ਉਹ ਕਰਪਟ ਥੇ ਜੋੜ ਥੇ ਉਹ ਤੇ ਅੱਛੇ ਲੋਕ ਸਨ ਅੱਛਾ ਕੰਮ ਕਰਕੇ ਤੁਰ ਗਏ ਨੇ ਅੱਛਾ ਮੁਲਕ ਚਲਾ ਗਏ ਨੇ ਐ ਵੀ ਪੇ ਕਹਿੰਦੇ ਨੇ ਪਿਛਲੀ ਕਰ ਗਈ ਤੇ ਅਗਲੀ ਕਰ ਗਈ ਕੋਈ ਵੀ ਨਹੀਂ ਪਿਛਲਿਆਂ ਨੇ ਕੀ ਕੀਤਾ ਤੇ ਅਗਲਿਆਂ ਨੇ ਕੀ ਕਰਨਾ ਵੀ ਦੋ ਸਾਸ਼ੀ ਗਵਾਨ ਕਹਤੀ ਹੈ ਕਿ ਪਿਛਲੀ ਹਕੂਮਤ ਨੇ ਕਰੇ ਕੰਮ ਕਰਨ ਦੇ ਲਿਹਾਜ਼ ਨਾਲ ਅੱਛੀ ਲੀਡਰ ਹੈ ਲੇਕਿਨ ਸਾਡਾ ਵੀ ਮਸਲਾ ਕੋਈ ਹੱਲ ਕਰੇ ਨਾ ਕੰਮ ਕਰਨ ਦੇ ਲਿਹਾਜ਼ ਨਾਲ ਫਰਦੋਸ ਆਸ਼ਕ ਬਹੁਤ ਅੱਛੀ ਲੀਡਰ ਹੈ ਲੇਕਿਨ ਇਸ ਵੇਲੇ ਸਵਾ ਮਹਿੰਗਾਈ ਦੇ ਕੰਮ ਕੋਈ ਵੀ ਨਹੀਂ ਹੋ ਰਿਹਾ ਭਾਵੇਂ ਫਰਦੋਸ ਆਸ਼ਕ ਹੋਏ ਤੇ ਭਾਵੇਂ ਡਾਰ ਸਾਹਿਬ ਹੋਣ ਤੇ ਭਾਵੇਂ ਫਿਰ ਆਪਣਾ ਖਾਨ ਸਾਹਿਬ ਹੋਣ ਸਵਾ ਮਹਿੰਗਾਈ ਦੇ ਤੇ ਬੱਟਾ ਦੇ ਘਰ ਦਾਣੇ ਚੰਗੇ ਭਲੇ ਨੇ ਤੇ ਸਾਡੇ ਵੱਲ ਦਾਣੇ ਮੁੱਕੇ ਦੇ ਨੇ ਅਸੀਂ ਤਾਂ ਬਹੁਤ ਪਰੇਸ਼ਾਨ ਜੇ ਤੁਹਾਡੀ ਉਹ ਤਾਂ ਕਹਤੇ ਹਨ ਕਿ ਹਮਨੇ ਮੁਲਕ ਕੋ ਜੋ ਹੈ ਨਿਕਾਲ ਲਿਆ ਹੈ ਮੁਸੀਬਤੋਂ ਸੇ ਨਿਕਾਲ ਲਿਆ ਹੈ ਮੁਲਕ ਕੋ ਬੁਰਾਨ ਸੇ ਕਿਹੜਾ ਬੁਰਾਨ ਸੀ ਮੁਲਕ ਦੇ ਵਿੱਚ ਇਸ ਤੋਂ ਪਹਿਲੇ
ਇਸ ਹਕੂਮਤ ਆਉਣ ਤੋਂ ਪਹਿਲੇ ਕਿਹੜਾ ਬੁਰਾਨ ਸੀ? ਖੁਸ਼ਹਾਲੀ ਜਾਂਦੀ ਸੀ ਵੀ ਹਰ ਬੰਦਾ ਖੁਸ਼ਹਾਲ ਸੀ, ਮਜ਼ਦੂਰੀ ਵੀ। ਇਹ ਤਬਦੀਲੀ ਨੇ ਆ ਕੇ ਪਰੇਸ਼ਾਨ ਕੀਤਾ ਸਾਡੇ ਦੇ ਹੋਰ ਚੜ ਗਿਆ। ਸੋਨਾ 1 ਲੱਖ ਰੁਪਏ ਤੋਲਾ ਹੋ ਗਿਆ, ਗਰੀਬ ਆਦਮੀ ਪਾ ਸਕਦਾ 40 ਰੁਪਏ ਵਾਲਾ ਲੱਖ ਕੇ ਲੱਖ ਤੇ ਪਹੁੰਚ ਗਿਆ। ਤਬਦੀਲੀ ਕਿੰਨੀ ਕੋਈ ਤਬਦੀਲੀ ਆ ਗਈ, ਗਰੀਬ ਭੁੱਖੇ ਮਰ ਚਲੇ ਨੇ, ਰੋਜ਼ੀ ਨਹੀਂ ਕੋਈ ਸਮਝੇਗਾ ਤੇ ਮਿਟ ਜਾਏਗਾ। ਇਮਰਾਨ ਖਾਨ ਹਾਂ ਜੀ, ਉਹ ਬਸ ਤੇਰੀ ਬਰਬਾਦੀਆਂ ਦਾ ਅਸਮਾਨਾਂ ਤੇ ਸਾਰਾ ਪ੍ਰਾਪਗੰਡਾ ਹੋ ਰਿਹਾ। ਹਾਂ, ਅਸਮਾਨਾਂ ਤੇ ਪ੍ਰਾਪਗੰਡਾ ਹੋ ਰਿਹਾ ਇਮਰਾਨ ਖਾਨ ਦਾ, ਇਨਸ਼ਾਅੱਲਾ ਇਨਸ਼ਾਅੱਲਾ। ਖਾਨ ਸਾਹਿਬ ਜੇ ਰਹਿਣਾ ਜੇ ਤੇ ਤੁਹਾਡੀ ਮਿਹਰਬਾਨੀ ਨਾਲ ਗਰੀਬਾਂ ਨੂੰ ਰਿਲੀਫ ਦੋ। ਇੱਥੇ ਕਮੇਟੀ ਵਾਲੇ ਨਹੀਂ ਜੂਨ ਦਿੰਦੇ, ਕੋਈ ਸੌਦਾ ਗਰੀਬ ਨੇ ਕਿਤੇ ਜ਼ਮੀਨ ਤੇ ਲਾਇਆ ਹੁੰਦਾ ਉਹਨੂੰ ਠੁੱਡ ਮਾਰ ਦਿੰਦੇ ਆ ਕੇ। ਇਹ ਵੀ ਕੋਈ ਤਰੀਕਾ ਨਹੀਂ ਮਜ਼ਦੂਰੀ ਕਰਨ, ਡਕੈਤੀ ਕਰਨ। ਆਪਣੀ ਭੈਣ ਦਾ ਖਸਮ ਹੈ ਪੂਰੀ ਦਾ, ਉਹਦੀ ਕਿਹੜੀ ਗੱਲ ਹੈ? ਉਹਨੂੰ ਤਾਂ ਗੱਲਾਂ ਆਉਂਦੀਆਂ ਹੀ ਬੜੀਆਂ ਨੇ, ਸਾਨੂੰ ਤਾਂ ਗੱਲਾਂ ਹੀ ਨਹੀਂ ਆਉਂਦੀਆਂ। ਉਹਦਾ ਨਾਂ ਹੈ ਸ਼ਹੀਦਾ ਟੱਲੀ, ਫਿਰ ਕੀ ਭੁਰ ਜਾਂਦੀ ਉਹਦੀ? ਉਹ ਬੇਵਕੂਫ ਆਦਮੀ, ਉਹਦੀ ਕੋਈ ਗੱਲ। ਬਹਰਹਾਲ ਤੁਹਾਡੀ ਮਿਹਰਬਾਨੀ ਹੈ, ਸਾਡੀ ਰਿਕੁਐਸਟ ਹੈ ਖਾਨ ਸਾਹਿਬ ਅੱਗੇ, ਮਹਿੰਗਾਈ ਤੇ ਕੰਟਰੋਲ ਕਰੋ, ਗਰੀਬਾਂ ਨੂੰ ਕੋਈ ਰਿਲੀਫ ਨਹੀਂ ਮਿਲ ਰਿਹਾ। ਯੂਟੀਲੈਸੀ ਸਟੋਰ ਤੇ ਵੀ ਚੀਜ਼ਾਂ ਨਹੀਂ ਮਿਲ ਰਹੀਆਂ, ਜਿਹੜੀ ਚੀਜ਼ ਲੈਣ ਜਾਂਦੇ ਹਨ ਨਹੀਂ। ਇਹ ਲਫਜ਼ ਹੈ ਬਸ, ਹੋਰ ਰਿਲੀਫ ਕਾਗਜ਼ਾਂ 'ਚ ਸਾਨੂੰ ਕੋਈ ਨਹੀਂ ਮਿਲ ਰਹੀ, ਚੀਜ਼ ਨਹੀਂ ਕੋਈ ਨਹੀਂ ਮਿਲ ਰਹੀ। ਚੀਨੀ ਜਾਓ ਲੈਣ ਤੇ ਹਨ ਨਹੀਂ, 70 ਰੁਪਏ ਕਿਲੋ 70 ਰੁਪਏ ਕਿਲੋ ਇਹਨਾਂ ਰੇਟ ਕੱਢਿਆ ਕੋਈ ਨਹੀਂ ਚੀਨੀ। ਕਰੋਨਾ ਵਾਇਰਸ 50 ਰੁਪਏ ਕਿਲੋ ਆ ਜਿਹੜਾ 80-90 ਰੁਪਏ ਹੋ ਗਿਆ, ਡੀਜ਼ਲ ਜਿਹੜਾ 80 ਰੁਪਏ ਆ ਉਹ 100-130 ਰੁਪਏ ਹੋ ਗਿਆ। ਸਿਰਫ ਲੰਡਾ ਸਸਤਾ ਹੋਇਆ, ਉਹ ਵੀ ਸੀਜ਼ਨ ਲੰਘ ਗਿਆ ਤੇ, ਤਾਂ ਸੀਜ਼ਨ ਚਲਾ ਗਿਆ ਤੇ ਲੰਡਾ ਸਸਤਾ ਹੋਇਆ, ਬਾਕੀ ਨਾ ਕਿਸੇ ਨੇ ਖਰੀਦਣਾ ਹੀ ਨਹੀਂ, ਫਿਰ ਸਸਤਾ ਤਾਂ ਇਹ ਤਾਂ ਉਹਨਾਂ ਕੋ ਪਤਾ ਹੋਣਾ। ਲੇਕਿਨ ਆਪਕੋ ਕੀ ਲੱਗਦਾ ਹੈ? ਹਮਕੋ ਤਾਂ ਯਹੀ ਲੱਗਦਾ ਕਿ ਅੱਛਾ ਹੈ। ਬਿਮਾਰ ਹੈ ਵੋ ਆਪਕੋ ਲੱਗਦਾ ਹੈ? ਬਿਮਾਰ ਹੈ ਤੋ ਵੋ ਫਿਰ ਹਸਪੀਟਲ ਕਿਉਂ ਨਹੀਂ ਐਡਮਿਟ ਹੋ ਰਹੇ, 16 ਹਫਤੇ ਹੋ ਗਏ? ਇਹ ਤਾਂ ਉਹਨਕੋ ਪਤਾ ਹੋ ਨਾ, ਜੋ ਕੁਰਸੀ ਪੇ ਬੈਠੇ ਹੋਏ ਹੈ ਜਾਂ ਜਿਨ੍ਹਾਂ ਨੇ ਕੀਏ ਵੋ ਕਬੂਤ ਰਹੇ ਹੈ। ਅਸਲਾਮ ਵਾਲੇਕਮ। ਅਸਲਾਮ ਨਵਾਜ਼ ਸ਼ਰੀਫ ਬਿਮਾਰ ਹੈ ਜਾਂ ਸਿਰਫ ਡਰਾਮਾ ਹੈ? ਵਿਚਾਰੇ ਬਿਮਾਰ, ਠੀਕ ਨਹੀਂ ਹੈ, ਉਹਨਾਂ ਦਿਲ ਦਾ ਮਸਲਾ ਹੈ ਵਿਚਾਰਿਆਂ ਨੂੰ, ਠੀਕ ਨਹੀਂ ਹੈ। ਇਮਰਾਨ ਖਾਨ ਨੇ ਇੰਨੀ ਮਹਿੰਗਾਈ ਕਰ ਛੱਡੀ ਕਿ ਜੀਣਾ ਆਰਾਮ ਹੋ ਗਿਆ ਸਾਡਾ, ਇਤਨੀ ਕੁ ਮਹਿੰਗਾਈ ਹੋ ਗਈ ਜਿੰਨਾ ਪੈਸਾ ਦੀ, ਬਹੁਤ ਹੀ ਮਹਿੰਗਾਈ ਹੋ ਗਈ। ਇਮਰਾਨ ਖਾਨ ਨੇ ਕੀਤੀ ਸਹੀ ਤਬਦੀਲੀ, ਲਿਆ ਕੇ ਰੱਖ ਛੱਡੀ ਇਮਰਾਨ ਖਾਨ। ਉਹ ਕਹਤੇ ਹੈ ਇਸ ਸਾਲ ਮਹਿੰਗਾਈ ਮੇਂ ਕਮੀ ਹੋ ਜਾਏਗੀ, ਆਪਕੋ ਲੱਗਤਾ ਹੈ? ਨਹੀਂ, ਮੁਸ਼ਕਲ ਹੈ, ਇੰਨੇ ਨਹੀਂ, ਬਹੁਤ ਹੀ ਮਹਿੰਗਾਈ ਕਰ ਛੱਡੀ। ਗਰੀਬ ਬੰਦਾ ਨੇ ਰੋਟੀ ਵੀ ਨਹੀਂ ਖਾ ਸਕਦਾ, ਇੰਨੀ ਮਹਿੰਗਾਈ ਕਰ ਛੱਡੀ। ਹਾਂ, ਇੰਨੀ ਮਹਿੰਗਾਈ ਕਰ ਛੱਡੀ ਵਕਤੀ, ਸਾਲ 1.5 ਸਾਲ ਹੋ ਗਿਆ, 2 ਸਾਲ ਹੋ ਗਏ ਵਕਤੀ ਤੌਰ ਕੀ ਗਿਆ। ਕਹਤੇ ਹੈ ਥੋੜਾ ਸਾ ਸਬਰ ਕਰੇ, ਹਲੇ ਇੱਕ ਦਿਨ ਗੁਜ਼ਾਰਨਾ ਮੁਸ਼ਕਲ ਹੈ, ਇੱਕ ਦਿਨ ਗੁਜ਼ਾਰਨਾ ਮੁਸ਼ਕਲ ਹੈ ਛੋਟੇ ਛੋਟੇ ਬੱਚਿਆਂ ਨਾਲ। ਕੰਮ ਥਾ ਖਜ਼ਾਨਾ, ਕੰਮ ਥਾ ਖਜ਼ਾਨੇ ਮੇਂ ਕੋਈ ਚੀਜ਼ ਨਹੀਂ ਥੀ, ਕੰਮ ਥਾ ਅਬ ਹੋ ਜਾਏਗੀ ਮਾਸ਼ਾਅੱਲਾ। ਹਮਾਰੇ ਇਤਨਾ ਕੰਮ ਹੋਇਆ ਮੁਜ਼ੱਫਰਗੜ੍ਹ ਮੇਂ, ਹੱਦ ਸੇ ਜ਼ਿਆਦਾ ਉਸਨੇ ਬਿਲਕੁਲ, MNA ਕੋਈ ਨਹੀਂ ਕੰਮ ਕਰਤਾ ਥਾ, ਹਮ ਜਮਸ਼ੇਦ ਦਸਤੀ ਦਾ ਸਾਰਾ ਕੋਈ ਨਹੀਂ, PTI ਕਾ ਹੈ ਹਮਾਰਾ ਛੋਟਾ ਸਾ ਬੱਚਾ ਚਲਾ ਜਾਏ ਵੋ ਕੰਮ ਕਰਨੇ ਕਾ, ਕਿਆ ਥਾ ਗੰਜੇ ਨੇ ਕਿਆ ਰੱਖਾ ਹੈ ਹਮਾਰੇ ਤਰਫ ਸੇ, ਅਬ ਬੈਠਾ ਹੈ ਤਾਂ ਖਜ਼ਾਨਾ ਕੰਮ ਹੈ, ਇਨਸ਼ਾਅੱਲਾ ਉਮੀਦ ਹੈ ਹਮੇਂ ਯਹੀ ਬਣੇ। ਲੇਕਿਨ ਲੂਨਲੀ ਕਹਤੀ ਹੈ ਕਿ ਇਮਰਾਨ ਖਾਨ ਚੋਰ ਹੈ, ਕਰਪਟ ਹੈ, ਉਹਨੇ ਮੁਲਕ ਕੋ ਤਬਾਹ ਕਰ, ਇਸਨੇ ਰੱਖਾ ਗਿਆ ਹੈ ਗੰਜੇ ਨੇ, ਕੁਛ ਰੱਖਾ ਹੈ ਗਰੀਬੋਂ ਕੇ ਲੀਏ, ਮਾਸ਼ਾਅੱਲਾ ਹਮਾਰਾ ਇਤਨਾ ਖੂਬਸੂਰਤ ਸ਼ਹਿਰ ਬਣਾ ਰਹਾ ਹੈ, ਸਭ ਕੁਛ ਹਮੇ ਛੋਟਾ ਸਾ MNA ਬੈਠਾ ਹੈ, ਹਮ ਬੱਚਾ ਚਲਾ ਜਾਏ ਵਹੀ ਕੰਮ ਕਰਵਾ ਦੇ। ਲੇਕਿਨ ਲੋਕ ਕਹਤੇ ਹੈ ਨਵਾਜ਼ ਸ਼ਰੀਫ ਕੇ ਦੌਰ ਮੇਂ ਮਹਿੰਗਾਈ ਨਹੀਂ ਥੀ, ਸਭ ਸਹੀ ਥਾ? ਨਹੀਂ, ਵਹੀ ਖਾ ਰਹਾ ਥਾ, ਤਾਂ ਖੁਦ ਜੋ ਖਾ ਰਹਾ ਥਾ, ਕੁਛ ਬਚਾ ਕਰ ਗਿਆ, ਇਨਸ਼ਾਅੱਲਾ ਹਮੇ ਉਮੀਦ ਹੈ ਇਹ ਅਗਲੇ ਸਾ ਅਗਲੀ ਤਰਫ ਯਹੀ ਬਣੇ। ਨੂਨ ਲੀਗ ਕਾ ਕਹਿਣਾ ਹੈ ਖਾਤੇ ਥੇ ਤੋ ਫਿਰ ਖਿਲਾਤੇ ਵੀ ਥੇ? ہاں جی کھانا ہی تھا کھلاتے تھے پہلے بیمار کیوں نہیں ہوتے تھے جس ٹائم کوئی کاروائی کرنا چاہے یا کچھ ہوتا ہے تو پھر یہ شوگر کے مریض ہو جاتا ہے سب کچھ ہو جاتا ہے پہلے کیوں نہیں ہوتے تھے جس ٹائم حکومت 5 سال کرنا ہوئے اس ٹائم وہ ٹھیک ہوتا ہے پہلے کیوں نہیں ہوتے ٹھیک پہلے بیمار نہیں ہو سکتے اس ٹائم یہ بیمار ہونے لگ جاتے ہیں سب کچھ کرنے لگ جاتے ہیں آپ کہنا چاہتے ہیں کہ وہ بیمار نہیں ہے وہ ڈرامہ کر رہے ہیں ہاں جی وہ ڈرامہ کرتے ہیں ہمیں امید ہے 5 سال اگلے یہی کریں گے مہنگائی تو بہت زیادہ ہو گئی ہے ہاں مہنگائی بہت زیادہ ہے ਅਤੇ ਕੋਈ ਇਹ ਸ਼ੱਕ ਵਾਲੀ ਗੱਲ ਨਹੀਂ ਹੈ ਬੁਲਾਣਾ ਗਰੀਬ ਵੀ ਫੀਸਦਾ ਅਤੇ ਜਿੱਧਰ ਵੀ ਜਾਏਗਾ ਉਹ ਵੀ ਮਾੜਾ ਹੀ ਭਰਨਾ ਹੋਰ ਕੋਈ ਬਾਤ ਨਹੀਂ ਹਕੂਮਤ ਦਾ ਦਾਅਵਾ ਹੈ ਕਿ ਇਸ ਸਾਲ ਮਹਿੰਗਾਈ ਮੇਂ ਕਮੀ ਹੋ ਜਾਏਗੀ ਆਪਕੋ ਲੱਗਤਾ ਹੈ ਐਸਾ ਹੋ ਸਕੇਗਾ ਇਹ ਪਤਾ ਨਹੀਂ ਹੁਣ ਕਿਆ ਕਦੋਂ ਹੁਣ ਆਈ ਜਾਂ ਕਦੋਂ ਨਹੀਂ ਹੋਣਾ ਇਸ ਇਹ ਤਾਂ ਪਤਾ ਹੀ ਨਹੀਂ ਮੁਝੇ ਪਿਛਲੇ ਨਵਾਜ਼ ਸ਼ਰੀਫ ਦੀ ਹਕੂਮਤ ਸੇ ਆਪ ਖੁਸ਼ ਥੇ ਜਾਂ ਤਬ ਪੇ ਯਹੀ ਸਹੀ ਸੀ ਨਵਾਜ਼ ਸ਼ਰੀਫ ਤਾਂ ਔਰ ਠੀਕ ਸੀ ਕੰਮ ਵੀ ਸਹੀ ਸੀ ਹਰ ਚੀਜ਼ ਤੋਂ ਕੋਈ ਪਰੇਸ਼ਾਨ ਨਹੀਂ ਸੀ ਬੰਦਾ ਖਾਂਦਾ ਪੀਂਦਾ ਸੀ ਹੁਣ ਆ ਕੇ ਬਹੁਤ ਜ਼ਿਆਦਾ ਤੌਰ 'ਤੇ ਜ਼ਿਆਦਾ ਮਹਿੰਗਾਈ ਹੋ ਗਈ ਹੈ ਕੋਈ ਸਸਤੀ ਚੀਜ਼ ਨਹੀਂ ਹੈ ਸਭ ਮਹਿੰਗੀ ਹੈ ਲੇਕਿਨ ਇਮਰਾਨ ਖਾਨ ਕਹਤੇ ਹੈ ਕਿ ਜੋ ਵੀ ਅੱਜ ਹਾਲਾਤ ਹੈ ਮੁਲਕ ਕੇ ਵੋ ਪਿਛਲੇ ਹਕੂਮਤ ਕੀ ਕਰਪਸ਼ਨ ਕੀ ਵਜ੍ਹਾ ਸੇ ਤੋ ਹੈ ਪਿਛਲੇ ਜੋ ਕੰਮ ਜੋ ਹੋਏ ਹੈ ਉਹ ਅੱਛੇ ਹੋਏ ਹੈ ਸਾਰੇ ਕੰਮ ਅੱਛੇ ਹੈ ਲੇਕਿਨ ਇਨਕੀ ਕਰਪਸ਼ਨ ਵੀ ਉਹਨਾਂ ਨੇ ਬਹੁਤ ਮੁਝੇ ਪਤਾ ਨਹੀਂ ਹੈ ਕਿ ਸਮਝ ਨਹੀਂ ਆਤੀ ਹਾਂ
थैंक यू। कोई बात इमरान खान के बारे में आप क्या कहते हैं?